ਪੋਸਟ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਦੋਸਤੋ ਪੰਜਾਬ ਦੇ ਵਿੱਚ ਕਾਂਗਰਸ ਵੱਲੋਂ ਯਕੀਨੀ ਮੰਨੀਆਂ ਜਾ ਰਹੀਆਂ ਲੋਕ ਸਭਾ ਸੀਟਾਂ ਤੇ ਹਾਲੇ ਵੀ ਕਲੇਸ਼ ਜਾਰੀ ਹੈ ਜੀ ਹਾਂ ਇਹ ਅਸੀਂ ਨਹੀਂ ਕਹਿੰਦੇ ਉਹ ਆંકੜੇ ਸਾਹਮਣੇ ਆਏ ਹੋਏ ਜੋ ਨਹੀਂ ਉਹ ਇਹ ਕਹਾਣੀ ਬਿਆਨ ਕਰਦੇ ਨੇ ਦਰਅਸਲ ਕਿਆਸਰਾਈਆਂ ਲੱਗ ਰਹੀਆਂ ਨੇ ਕਿ ਚਾਰ ਸੀਟਾਂ ਕਾਂਗਰਸ ਦੇ ਵੱਲੋਂ ਫਾਈਨਲ ਕਰ ਦਿੱਤੀਆਂ ਗਈਆਂ ਨੇ ਉਹ ਚਾਰ ਸੀਟਾਂ ਵਿੱਚੋਂ ਅੰਬਸਰ ਦੀ ਸੀਟ ਗੁਰਦਾਸਪੁਰ ਦੀ ਸੀਟ ਲੁਧਿਆਣੇ ਦੀ ਸੀਟ ਤੇ ਫਿਰੋਜ਼ਪੁਰ ਦੀ ਸੀਟ ਅੰਬਸਰ ਦੀ ਸੀਟ ਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਦਾ ਨਾਮ ਸਾਹਮਣੇ ਆ ਰਿਹਾ ਤੇ ਦੂਜੇ ਪਾਸੇ ਗੁਰਦਾਸਪੁਰ ਦੀ ਜ਼ਿਕਰ ਗੱਲ ਕਰੀਏ ਤਾਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਦਾ ਨਾਮ ਸਾਹਮਣੇ ਆ ਰਿਹਾ ਹੈ ਲੁਧਿਆਣੇ ਤੋਂ ਰਵਨੀਤ ਬਿੱਟੂ ਤੇ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਗੁਬਾਇਦ ਅਰਾਮ ਸਾਹਮਣੇ ਆ ਰਿਹਾ ਹੈ ਲੇਕਿਨ ਫਿਲਹਾਲ ਇਹ ਅਧਿਕਾਰਿਕ ਤੌਰ ਤੇ ਹਲੇ ਸਾਫ ਨਹੀਂ ਹੋਇਆ ਕਿਉਂਕਿ ਅਧਿਕਾਰਿਕ ਐਲਾਨ ਹੋਣਾ ਬਾਕੀ ਹੈ ਸਿਰਫ ਕਿਆਸਰਾਈਆਂ ਨੇ ਕਿਉਂਕਿ ਸੀਸੀਟੀ ਜੋ ਮੀਟਿੰਗ ਹੈ ਉਹ 16 ਮਾਰਚ ਨੂੰ ਸੱਦੀ ਗਈ ਹੈ ਜਿਸ ਤੋਂ ਬਾਅਦ ਕੀ ਟਿਕਟਾਂ ਦਾ ਐਲਾਨ ਕੀਤਾ ਜਾਵੇਗਾ ਹਾਲਾਂਕਿ ਜੇਕਰ ਇਹਨਾਂ ਚਾਰ ਸੀਟਾਂ ਦੀ ਗੱਲ ਕਰੀ ਜਾਂ ਕਿ ਅੰਬਸਰ ਦੀ ਗੱਲ ਕਰੀ ਤਾਂ ਡਾਕਟਰ ਮਨਮੋਹਨ ਸਿੰਘ ਹਲੇ ਤੱਕ ਚੋਣ ਲੜਨ ਲਈ ਤਿਆਰ ਨਹੀਂ ਹੋਏ ਨੇ ਉਹਨਾਂ ਨੂੰ ਮਨਾਉਣਾ ਹਲੇ ਬਾਕੀ ਹੈ ਕਿਉਂਕਿ ਡਾਕਟਰ ਮਨਮੋਹਨ ਸਿੰਘ ਕਹਿ ਰਹੇ ਨੇ ਕਿ ਉਹ ਹੁਣ ਇੱਛਾ ਨਹੀਂ ਰੱਖਦੇ ਕਿ ਉਹ ਚੋਣ ਲੜਨ ਦੂਜੇ ਵਾਸਤੇ ਜੇਕਰ ਗੱਲ ਕੀਤੀ ਜਾਵੇ ਫਿਰ ਉਸ ਬੂਸੀਰ ਦੀ ਸ਼ਿਰਸਿੰਗੂ ਭਾਇਆ ਦਾ ਨਾਮ ਲਗਾਤਾਰ ਸਾਹਮਣੇ ਆ ਰਿਹਾ ਜਦੋਂ ਜੁਆਇਨ ਕੀਤਾ ਸੀ ਕਾਂਗਰਸ ਦੇ ਵਿੱਚ ਸ਼ਿਰਸਿੰਗੂ ਭਾਇਆ ਨੇ ਰਾਹੁਲ ਗਾਂਧੀ ਦੀ ਮੌਜੂਦਗੀ ਦੇ ਵਿੱਚ ਤਾਂ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਮੈਨੂੰ ਇਸੇ ਸ਼ਰਤ ਤੇ ਲਿਆਇਆ ਗਿਆ ਸੀ ਕਾਂਗਰਸ ਦੇ ਵਿੱਚ ਕਿ ਫਿਰੋਜ਼ਪੁਰ ਤੋਂ ਟਿਕਟ ਦਿੱਤੀ ਜਾਵੇਗੀ ਹਾਲਾਂਕਿ ਆਸ਼ਾ ਕੁਮਾਰੀ ਜੋ ਕਿ ਪ੍ਰਭਾਰੀ ਨਹੀਂ ਪੰਜਾਬ ਕਾਂਗਰਸ ਦੀ ਪ੍ਰਭਾਰੀ ਆਸ਼ਾ ਕੁਮਾਰੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਅਜੇ ਹੀ ਕੋਈ ਸ਼ਰਤ ਨਹੀਂ ਰੱਖੀ ਗਈ ਬਲਕਿ ਬਿਨਾਂ ਕਿਸੇ ਸ਼ਰਤ ਤੋਂ ਸ਼ੇਰ ਸਿੰਘ ਗੁਬਾਇਆ ਕਾਂਗਰਸ ਦੇ ਵਿੱਚ ਸ਼ਾਮਲ ਹੋਈ ਨਹੀਂ ਹਾਲਾਂਕਿ ਜੇ ਦੇਖਿਆ ਜਾਵੇ ਫਿਰੋਜ਼ਪੁਰ ਤੋਂ ਟਿਕਟ ਦੇ ਦਾਵੇਦਾਰੀਆਂ ਦੇ ਵਿੱਚ ਸ਼ੇਰ ਸਿੰਘ ਗੁਬਾਇਆ ਦਾ ਨਾਂ ਸਭ ਤੋਂ ਸਭ ਤੋਂ ਉੱਪਰ ਹੈ ਲੇਕਿਨ ਸ਼ੇਰ ਸਿੰਘ ਗੁਬਾਇਆ ਦੇ ਨਾ ਤੋਂ ਇਲਾਵਾ ਦੋ ਨਾਮ ਹੋਰ ਪਾਰਟੀ ਹਾਈ ਕਮਾਂਡ ਕੋਲ ਪਹੁੰਚੇ ਹੋਏ ਨਹੀਂ ਸੀ ਸੀ ਕੋਲ ਪਹੁੰਚੇ ਹੋਏ ਨਹੀਂ ਚਰਚਾ ਹੋਈ ਕਿ ਉਹਨਾਂ ਨਾਵਾਂ ਤੇ ਵੀ ਜੇਕਰ ਗੱਲ ਕੀਤੀ ਜਾਵੇ ਤੀਜੀ ਸੀਟ ਦੀ ਯਾਨੀ ਕਿ ਗੁਰਦਾਸਪੁਰ ਦੀ ਸੀਟ ਦੀ ਹਾਲੇ ਕੀ ਕਿਹਾ ਜਾ ਰਿਹਾ ਹੈ ਕਿ ਸੁਨੀਲ ਜਾਖੜ ਦਾ ਨਾਮ ਪੱਕਾ ਹੈ ਉਸ ਸੀਟ ਤੋਂ ਟਿਕਟ ਮਿਲਣੀ ਸੁਨੀਲ ਜਾਖੜ ਨੂੰ ਪੱਕੀ ਹੈ ਲੇਕਿਨ ਖਬਰੇ ਵੀ ਹੈ ਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ ਗੁਰਦਾਸਪੁਰ ਤੋਂ ਚੋਣ ਲੜਨ ਦੀ ਇੱਛਾ ਜ਼ਾਹਰ ਕੀਤੀ ਹੈ ਪਾਰਟੀ ਹਾਈ ਕਮਾਂਡ ਦੇ ਕੋਲ ਗਏ ਤੇ ਮਿਲੇ ਤੇ ਉਹਨਾਂ ਨੇ ਕਿਹਾ ਕਿ ਮੈਂ ਵੀ ਗੁਰਦਾਸਪੁਰ ਤੋਂ ਚੋਣ ਲੜਨਾ ਚਾਹੁੰਦਾ ਹਾਂ ਤਾਂ ਹੁਣ ਕਿਹੜਾ ਕਿਤੇ ਗੁਰਦਾਸਪੁਰ ਸੀਟ ਨੂੰ ਜਿੱਥੇ ਕਿ ਸੁਨੀਲ ਜਾਖੜ ਦਾ ਨਾਮ ਪੱਕਾ ਸਮਝਿਆ ਜਾ ਰਿਹਾ ਸੀ ਤਾਂ ਹੁਣ ਪ੍ਰਤਾਪ ਸਿੰਘ ਬਾਜਵਾ ਦਾ ਨਾਮ ਵੀ ਸਾਹਮਣੇ ਆਇਆ ਹੈ ਜੇ ਗੱਲ ਕਰੀਏ ਚੌਥੀ ਸੀਟ ਦੀ ਯਾਨੀ ਕਿ ਲੁਧਿਆਣੇ ਦੀ ਸੀਟ ਰਵਨੀਤ ਬਿੱਟੂ ਦਾ ਹਾਲਾਂਕਿ ਆ ਉਥੋਂ ਨਾਮ ਪੱਕਾ ਹੀ ਸਮਝਿਆ ਜਾ ਰਿਹਾ ਲੇਕਿਨ ਕਿਆਸਰਾਈਆਂ ਇਹ ਵੀ ਨਹੀਂ ਕਿ ਕੁਝ ਹੋਰ ਲੋਕ ਵੀ ਨਹੀਂ ਜੋ ਇੱਛਾ ਰੱਖਦੇ ਨੇ ਲੁਧਿਆਣੇ ਤੋਂ ਚੋਣ ਲੜਨ ਦੀ ਲੇਕਿਨ ਫਿਲਹਾਲ ਉਥੋਂ ਵੀ ਰਵਨੀਤ ਬਿੱਟੂ ਦੀ ਦਾਅਵੇਦਾਰੀ ਪੱਕੀ ਸਮਝੀ ਜਾ ਰਹੀ ਹੈ ਤਾਂ ਗੱਲ ਇੱਥੇ ਮੁਕਤੀ ਹੈ ਕਿਉਂਕਿ ਕਈ ਜਗ੍ਹਾ ਇਹ ਖਬਰ ਚੱਲ ਰਹੀ ਸੀ ਕਿ ਚਾਰ ਟਿਕਟਾਂ ਫਾਈਨਲ ਕੀਤੀਆਂ ਗਈਆਂ ਨੇ ਕਾਂਗਰਸ ਵੱਲੋਂ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਨੂੰ ਦੇਖਦੇ ਹੋਏ ਪਰ ਸਹੀ ਖਬਰ ਇਹ ਹੈ ਕਿ ਹਲੇ ਸੀਸੀ ਦੀ ਜੋ ਮੀਟਿੰਗ ਹੈ ਉਹ 16 ਮਾਰਚ ਨੂੰ ਹੋਣੀ ਬਾਕੀ ਹੈ ਜਿਸ ਤੋਂ ਬਾਅਦ ਕੀ ਟਿਕਟਾਂ ਦਾ ਐਲਾਨ ਕੀਤਾ ਜਾਵੇਗਾ ਅਧਿਕਾਰਿਕ ਤੌਰ ਦੇ ਨਾਲ ਲੇਕਿਨ ਜੇਕਰ ਦੇਖਿਆ ਜਾਵੇ ਤਾਂ ਇਹ ਚਾਰ ਸੀਟਾਂ ਪੱਕੀਆਂ ਸਮਝੀਆਂ ਜਾ ਰਹੀਆਂ ਸਨ ਇਹਨਾਂ ਤੇ ਵੀ ਹਲੇ ਕਲੇਸ਼ ਜੋ ਹੈ ਕਲੇਸ਼ੀ ਕਹਾਂਗੇ ਕਿਉਂਕਿ ਹੋਰ ਅਜਿਹੀਆਂ ਬਹੁਤ ਸੀਟਾਂ ਨੇ ਕਾਂਗਰਸ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਟੋ ਕਲੇਸ਼ ਹਲੇ ਬੜਿਆ ਪਿਆ ਹੈ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਵੇ ਉੱਥੇ ਵੀ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਉੱਥੇ ਵੀ ਲੇਕਿਨ ਇਹ ਚਾਰ ਸੀਟਾਂ ਦੇ ਫਿਲਹਾਲ ਗੱਲ ਕਰ ਰਹੇ ਸੀ ਅਸੀਂ ਅੰਮ੍ਰਿਤਸਰ ਲੁਧਿਆਣਾ ਗੁਰਦਾਸਪੁਰ ਤੇ ਫਿਰ ਉਸਪੋਰ ਇਹਨਾਂ ਤੇ ਵੀ ਹਲੇ ਕਲੇਸ਼ ਇਹ ਸੀਟਾਂ ਪੱਕੀਆਂ ਮੰਨੀਆਂ ਜਾ ਰਹੀਆਂ ਸੀ ਲੇਕਿਨ ਕਲੇਸ਼ ਹਲੇ ਵੀ ਚੱਲਦਾ ਪਿਆ ਹੈ ਵੇਖਣਾ ਦਿਲਚਸਪ ਰਹੇਗਾ ਕਿ ਆਖਰ ਕਾਂਗਰਸ ਦਾ ਜੋ ਹੈ ਕਲੇਸ਼ ਟਿਕਟਾਂ ਨੂੰ ਲੈ ਕੇ ਉਹ ਕਦਮ ਮੁਕੇਗਾ ਵੀਡੀਓ ਜਰਨਲਿਸਟ ਲਲਿਤ ਪਾਂਡੇ ਦੇ ਨਾਲ ਠਾਕੁਰ ਅਮਨਦੀਪ ਸਿੰਘ ఢਿਲੀ ਪੋਸਟ ਪੰਜਾਬੀ ਚੰਡੀਗੜ੍ਹ ਕਰਤੀ ਹੈਂ